ਵਿਨੋਦ ਫਕੀਰਾ ਜੀ ਦਾ ਮੈਨੂੰ ਯਾਦ ਹੈ ਕਿ ਰਾਤੀ ਮੈਨੂੰ 10:30 ਵਜੇ ਫੋਨ ਆਇਆ, ਕਹਿੰਦੇ ਕਿ ਮੈਂ ਤੇਰੇ ਤੇ ਆਰਟੀਕਲ ਪੜ੍ਹ ਚੁੱਕਾ ਆਲਰੇਡੀ, ਲੇਕਿਨ ਕਿਉਂਕਿ ਕਹਿੰਦੇ ਤੁਸੀਂ ਮੈਨੂੰ 3 ਮਿੰਟ ਦਾ ਟਾਈਮ ਦੇਣਾ ਔਰ ਮੈਂ ਕੋਸ਼ਿਸ਼ ਕਰਨੀ ਕਿ ਅੱਜ ਰਾਤ ਕਹਿੰਦੇ ਮੈਂ ਕਿਸੇ ਨਾਲ ਕੋਈ ਚੈਟਿੰਗ ਨਹੀਂ ਕਰਨੀ, ਕਿਸੇ ਨਾਲ ਕੁਝ ਨਹੀਂ ਕਰਨਾ ਔਰ ਸਾਰਾ ਰਾਤ ਨੂੰ ਮੈਂ 2:30-3 ਵਜੇ ਤੱਕ ਬੁੱਕ ਪੜ੍ਹ ਕੇ ਫਿਰ ਸੌਣਾ। ਸੋ ਬਹੁਤ ਮਿਹਰਬਾਨੀ ਫਕੀਰਾ ਜੀ। ਸੋ ਸਾਡੇ ਦਰਮਿਆਨ ਮੈਂ ਜਿਸ ਤਰ੍ਹਾਂ ਪਹਿਲੇ ਵੀ ਦੱਸਿਆ ਕਿ ਬਹੁਤ ਅੱਛੇ ਸਿੰਗਰ ਮੁਮਤਾਜ ਹਾਂਸੀ ਬੈਠੇ ਹਨ, ਦੋ ਸ਼ਬਦ ਉਹ ਵੀ ਮੈਂ ਜ਼ਰੂਰ ਕਹਿਣਗੇ। ਮੁਮਤਾਜ ਹਾਂਸੀ ਸਭ ਤੋਂ ਪਹਿਲਾਂ ਦਾਸ ਨੂੰ ਸਾਰਿਆਂ ਦਾ ਬਹੁਤ ਸਤਿਕਾਰ ਕਰਦਾ ਹੈ। ਸਾਡੇ ਬਹੁਤ ਹੀ ਅਜੀਬ ਸਿੱਖੀ ਦਾ ਪ੍ਰੋਗਰਾਮ ਹੈ ਪੈਨਸ਼ਨ ਨੂੰ ਮੇਰੇ ਬਹੁਤ ਬਹੁਤ ਧੰਨਵਾਦ ਬਹੁਤ ਦੱਸਣਾ ਜੀ ਦਾਸ ਦਾ ਕੋਈ ਬਹੁਤ ਸਤਿਕਾਰ ਤੁਹਾਡੇ ਪਾਵਨ ਕਰਨਾ ਚ। ਮੈਂ ਦੇਖੋ ਗੱਲ ਕਹਾਂਗਾ ਕਿ ਦੁਨੀਆਂ ਦੇ ਵਿੱਚ ਰੱਖ ਵੀ ਐਸਾ ਬਹਿਣ ਗਰੋਣ ਮਿਹਨਤ ਦੱਸਣ ਲੋਕੀ ਮਾਧਿਅਮ ਕਰੋਣ ਜੋ ਭੈਣ ਜੀ ਉਹਨਾਂ ਨੇ ਜ਼ਿੰਦਗੀ ਦੇ ਤਜਰਬੇ ਨੂੰ ਹਟਾਉਂਦਿਆਂ ਹੋਇਆਂ ਗੱਲ ਕੀਤੀ ਹੈ ਕਿ ਜ਼ਿੰਦਗੀ ਦੇ ਵਿੱਚ ਜੂਨ ਤੋਂ ਬਾਅਦ ਵੀ ਜੇ ਮਰ ਤੋਂ ਬਾਅਦ ਵੀ ਉਮਰ ਰਹਿਣਾ ਹੈ ਤਾਂ ਆਪਣੇ ਸਰੀਰ ਦੇ ਅੰਗਾਂ ਨੂੰ ਦਾਨ ਕਰ ਦੇਣਾ ਅਤੇ ਬਹੁਤ ਵੱਡਾ ਮਹੋਦਰ ਦਾ ਮੁਨਿਸਮਾ ਹੈ। ਮੇਰੇ ਵੱਲੋਂ ਸਾਰੀਆਂ ਪਿਆਰੀਆਂ ਰੂਹਾਂ ਨੂੰ ਇਹੋ ਹੀ ਸੰਦੇਸ਼ ਹੈ ਕਿ ਮੈਂ ਵੀ ਦਾਨ ਕਰ ਚੁੱਕਾ ਭੈਣ ਜੀ ਸਰੀਰ ਤੋਂ ਕੰਗਾ ਨਹੀਂ ਪਰ ਮੈਂ ਦਾਨ ਕਰਦਾ ਦਿੱਤਾ ਕਿਸੇ ਵੀ ਕੰਮ ਆਵੇ ਠੀਕ ਹੈ ਜੀ। ਔਰ ਮੇਰੇ ਵੱਲੋਂ ਬਹੁਤ ਵਧਾਈ ਸਾਰਿਆਂ ਨੂੰ ਸਿਰਦਾ ਸਾਹਿਬ ਦਾ ਸਿਰਦਾ ਹੈ ਅਜਾਦ ਸਾਹਿਬ ਜੀ ਕਨੀ ਸ਼ਰਮਾ ਜੀ ਸਾਹਿਬ ਅਤੇ ਬੜੇ ਸਾਹਿਬ ਭੈਣ ਜੀ ਦਾਨ ਦਾ ਕੋਲ ਬੋਲ ਸਕਦਾ।